दुनिया दीआं खेडां दा दूसरा वड्डा मुकाबला होण जा रहा है शुरू कॉमनवैल्थ गेम्स इंग्लैंड दे शहर बर्मिंगम दे विच। दुनिया दीआं 72 टीमां जिहदे विच एशिया दीआं 8, अफ्रीका दीआं 19, कैरेबियन एंड अमेरिकाज दीआं 21, यूरोप दीआं 10, जबकि पैसिफिक दीआं 14 टीमां एक दूजे दे खिलाफ 280 गोल्ड मैडल लई लड़नगियां। कॉमनवैल्थ गेम्स जिहड़ियां के 22वां एडिशन है इहदा, इहदी तारीख जिहड़ी है बड़ी पुरानी है, ते कॉमनवैल्थ गेम्स जिहड़ी है उहनूं दौलत मुश्तरका गेम्स भी आख्या जांदा है। इंग्लैंड दे विच इस वेले मेज़बानी है, ते इंग्लैंड दे शहर बर्मिंगम दे विच इफ्तिताही तकरीब दे नाल इहदा हो गया है आगाज़, ते इंडिया दा झंडा चुकिया पीवी संधू ने ते मनप्रीत सिंह ने। पीवी संधू जड़े ने ओ बैडमिंटन दी बहुत तगड़ी प्लेयर ने, उन्हां तों पूरी उम्मीद है इंडिया नूं कि ओ इंडिया नूं गोल्ड मैडल जितवाणगियां। जबकि दूसरी तरफ मनप्रीत सिंह यानी कि इंडियन हाकी टीम दे कप्तान, इंडियन हॉकी टीम जिहड़ी हैगी है ਉਹ ਵੀ ਮਜ਼ਬੂਤ ਕੈਂਡੀਡੇਟ ਰਹੇ ਕਿ ਕੋਈ ਇੱਕ ਮੈਡਲ ਯਾਨੀ ਕਿ ਸਿਲਵਰ ਜਾਂ ਬ੍ਰੌਂਜ਼ ਦੀ ਸ਼ਕਲ ਦੇ ਵਿੱਚ ਤਾਂ ਲਾਜ਼ਮੀ ਆਏਗਾ, ਕਿਉਂਕਿ ਗੋਲਡ ਦੇ ਵਿੱਚ ਮੁਕਾਬਲਾ ਬਹੁਤ ਤਗੜਾ ਹੈ। ਪਹਿਲੀ ਵਾਰ ਯਾਨੀ ਕਿ 22 ਤੋਂ 24 ਸਾਲ ਦੇ ਦੌਰਾਨੀਏ ਤੋਂ ਬਾਅਦ ਕ੍ਰਿਕਟ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਕਾਮਨਵੈਲਥ ਗੇਮਸ ਦੇ ਵਿੱਚ। ਲਾਸਟ ਦਫਾ 1998 'ਚ ਕਾਮਨਵੈਲਥ ਗੇਮਸ ਜਿਹੜੀਆਂ ਸੀ ਉਹ ਕ੍ਰਿਕਟ ਦੀ ਸ਼ਕਲ ਦੇ ਵਿੱਚ ਮੌਜੂਦ ਸੀ, ਲੇਕਿਨ ਉਸ ਤੋਂ ਬਾਅਦ ਕਾਮਨਵੈਲਥ ਗੇਮਸ ਦੇ ਵਿੱਚੋਂ ਕ੍ਰਿਕਟ ਨੂੰ ਕੱਢ ਦਿੱਤਾ ਗਿਆ, ਅਤੇ ਕਾਮਨਵੈਲਥ ਗੇਮਸ ਦੇ ਵਿੱਚ ਇਸ ਦਫਾ ਕ੍ਰਿਕਟ ਵੀ ਸ਼ਾਮਲ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਕ੍ਰਿਕਟ ਸ਼ਾਮਲ ਹੈ ਅਤੇ ਪਲੇਅਰਸ ਜਿਹੜੇ ਨੇ ਉਹ ਕਿਉਂ ਨਹੀਂ ਗਏ, ਲੇਕਿਨ ਕ੍ਰਿਕਟ ਜਿਹੜੀ ਹੈ ਉਹ ਸਿਰਫ ਵੂਮੈਨਸ ਦੀ ਸ਼ਾਮਿਲ ਹੈ, ਮੈਨਸ ਕ੍ਰਿਕਟ ਟੀਮ ਜਿਹੜੀ ਹੈ ਉਹ ਇਸ ਗੇਮਸ 'ਚ ਸ਼ਾਮਿਲ ਨਹੀਂ ਹੈਗੀਆਂ। ਯਾਨੀ ਕਿ ਵੂਮੈਨ ਔਰਤਾਂ ਦੀ ਜਿਹੜੀ ਕ੍ਰਿਕਟ ਟੀਮ ਹੈ ਉਹ ਗੋਲਡ ਮੈਡਲ ਲਈ ਇੱਕ ਦੂਜੇ ਦੇ ਖਿਲਾਫ ਮੈਦਾਨ 'ਚ ਉਤਰਨਗੀਆਂ। 8 ਟੀਮਾਂ ਨੇ ਜਿਹਦੇ ਵਿੱਚ ਪਾਕਿਸਤਾਨ ਅਤੇ ਇੰਡੀਆ ਵੀ ਸ਼ਾਮਿਲ ਹੈ, ਅਤੇ ਗੋਲਡ ਮੈਡਲ ਲਈ ਸਭ ਤੋਂ ਮਜ਼ਬੂਤ ਕੈਂਡੀਡੇਟ ਜਿਹੜੀ ਹੈ ਉਹ ਆਸਟ੍ਰੇਲੀਆ ਦੀ ਟੀਮ ਹੈ। ਅਗਰ ਅਸੀਂ ਓਵਰਆਲ ਇਸ ਸਿਨੈਰੀਓ ਦੀ ਗੱਲ ਕਰੀਏ, ਕਾਮਨਵੈਲਥ ਗੇਮਸ ਦੀ ਗੱਲ ਕਰੀਏ, ਤਾਂ ਕਾਮਨਵੈਲਥ ਗੇਮਸ ਦੇ ਵਿੱਚ 72 ਮੁਲਕਾਂ ਦੇ 5054 ਪਲੇਅਰਸ ਇਸ ਟੂਰਨਾਮੈਂਟ ਦੇ ਵਿੱਚ ਮੌਜੂਦ ਨੇ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਖੇਡਾਂ ਦਾ ਕਿੱਡਾ ਵੱਡਾ ਮੇਲਾ ਜਿਹੜਾ ਹੈ ਉਹ ਅੱਜ ਤੋਂ ਸੱਜਣ ਜਾ ਰਿਹਾ ਹੈ। ਉਸ ਤੋਂ ਬਾਅਦ 5054 ਪਲੇਅਰਸ ਜਿਹੜੇ ਹੈਗੇ ਨੇ ਉਹ 26 ਖੇਡਾਂ ਦੇ ਵਿੱਚ ਤਕਰੀਬਨ 280 ਗੋਲਡ ਮੈਡਲ ਵਾਸਤੇ, ਯਾਨੀ ਕਿ 280 ਮੁਕਾਬਲੇ ਹੋਣਗੇ, ਉਹਦੇ 'ਚ 280 ਹੀ ਗੋਲਡ ਮੈਡਲ ਹੋਣਗੇ, ਉਸ ਤੋਂ ਬਾਅਦ 280 ਸਿਲਵਰ ਮੈਡਲ ਅਤੇ 280 ਬ੍ਰੌਂਜ਼ ਮੈਡਲ ਹੋਣਗੇ। ਖੇਡ ਜਿਹੜੇ ਨੇ ਉਹ ਬਰਮਿੰਗਮ ਦੇ ਵਿੱਚ ਖੇਡੇ ਜਾਣਗੇ। ਇਹਦੇ ਵਿੱਚ ਹੈਰਾਨਕੁਨ ਗੱਲ ਅਤੇ ਜਿਹੜੀ ਇੰਟਰਸਟਿੰਗ ਚੀਜ਼ ਹੈ ਉਹ ਇਹ ਵੇ ਕਿ ਇਸ ਦਫਾ ਖਵਾਤੀਨ ਦੇ ਮੁਕਾਬਲੇ ਮਰਦਾਂ ਦੇ ਮੁਕਾਬਲੇ ਨਾਲੋਂ ਜ਼ਿਆਦਾ ਨੇ, ਯਾਨੀ ਕਿ 134 ਮੁਕਾਬਲੇ ਜਿਹੜੇ ਨੇ ਉਹ ਮਰਦਾਂ ਦੇ ਹੋਣੇ ਨੇ, ਅਤੇ 134 ਮੁਕਾਬਲੇ ਜਿਹੜੇ ਨੇ ਉਹ ਔਰਤਾਂ ਦੇ ਨੇ, ਅਤੇ 10 ਮੁਕਾਬਲੇ ਜਿਹੜੇ ਨੇ ਉਹ ਟੀਮ ਦੀ ਸ਼ਕਲ ਦੇ ਵਿੱਚ ਹੋਣੇ ਨੇ। ਟੀਮ ਦੀ ਸ਼ਕਲ ਦੇ ਵਿੱਚ ਜਿਸ ਤਰ੍ਹਾਂ ਕ੍ਰਿਕਟ ਹੈ, ਹਾਕੀ ਹੈ, ਸਕੁਆਇਸ਼ ਹੈ, ਉਸ ਤੋਂ ਬਾਅਦ ਬੈਡਮਿੰਟਨ ਦੀ ਗੱਲ ਕਰ ਲਈਏ, ਟੇਬਲ ਟੈਨਿਸ ਦੀ ਗੱਲ ਕਰ ਲਈਏ, ਇਹ ਟੀਮਸ ਦੀ ਸ਼ਕਲ ਦੇ ਵਿੱਚ ਹੁੰਦੇ। ਜਬਕਿ ਇੰਡੀਵਿਜੁਅਲ ਜਿਹੜੇ ਹੈਗੇ ਨੇ, ਜਿਹੜੇ ਇਕੱਲਾ ਇਕੱਲਾ ਖਿਡਾਰੀ ਖੇਡੇਗਾ, ਉਹਦੇ ਵਿੱਚ ਤੁਹਾਡਾ ਜੋਡੂ ਕਰਾਟੇ ਨੇ, ਰੈਸਲਿੰਗ ਹੈ, ਵੇਟ ਲਿਫਟਿੰਗ ਹੈ, ਸਕੁਆਸ਼ ਤੋਂ ਇਲਾਵਾ ਸਵੀਮਿੰਗ ਹੈ, ਇਹ ਐਸੇ ਮੁਕਾਬਲੇ ਨੇ ਜਿਹੜੇ ਕਿ ਇੰਡੀਵਿਜੁਅਲ ਖੇਡੇ ਜਾਣਗੇ। ਅਗਰ ਅਸੀਂ ਟੀਮ ਇੰਡੀਆ ਦੀ ਗੱਲ ਕਰ ਲਈਏ, ਤਾਂ ਇੰਡੀਆ ਨੇ ਕਾਮਨਵੈਲਥ ਗੇਮਸ ਇੰਗਲੈਂਡ ਦੇ ਵਿੱਚ ਆਪਣੇ 205 ਪਲੇਅਰਸ ਇਕੱਲੇ ਨੇ, 205 ਪਲੇਅਰਸ ਜਿਹੜੇ ਨੇ ਉਹ ਤਕਰੀਬਨ ਸਾਰੀਆਂ ਗੇਮਸ ਦੇ ਵਿੱਚ ਹਿੱਸਾ ਲੈਣਗੇ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੰਡੀਆ ਖੇਡਾਂ ਵਿੱਚ ਕਿੰਨਾ ਸੰਜੀਦਾ ਹੈ। ਜਦਕਿ ਦੂਸਰੀ ਤਰਫ ਪਾਕਿਸਤਾਨ ਦੀ ਗੱਲ ਕਰੀਏ, ਅਤੇ ਪਾਕਿਸਤਾਨ ਨੇ ਸਿਰਫ 68 ਪਲੇਅਰ ਕਾਮਨਵੈਲਥ ਗੇਮਸ ਦੇ ਵਿੱਚ ਇਕੱਲੇ ਨੇ, ਅਤੇ ਉਹਨਾਂ 68 ਪਲੇਅਰਸ ਦੇ ਵਿੱਚ 15 ਪਲੇਅਰਸ ਤਾਂ ਕ੍ਰਿਕਟ ਟੀਮ ਦੇ ਨੇ ਅਤੇ 15 ਹੀ ਹਾਕੀ ਦੇ ਨੇ, ਯਾਨੀ ਕਿ ਸਿਰਫ 38 ਪਲੇਅਰਸ ਜਿਹੜੇ ਨੇ ਉਹ ਬਾਕੀ ਜਿਹੜੀਆਂ ਇੰਡੀਵਿਜੁਅਲ ਗੇਮਸ ਨੇ ਉਹਦੇ ਵਿੱਚ ਮੌਜੂਦ ਹੋਣਗੇ। ਅਤੇ ਪਾਕਿਸਤਾਨ ਅਤੇ ਇੰਡੀਆ ਦੀ ਅਗਰ ਗੱਲ ਕਰ ਲਈਏ, ਦੋਵਾਂ ਕੰਟਰੀਆਂ ਦੀ, ਅਤੇ ਇੰਡੀਆ ਨੇ ਆਪਣੀਆਂ ਕ੍ਰਿਕਟ ਅਤੇ ਹਾਕੀ ਤੋਂ ਇਲਾਵਾ
बाकी गेम्स के उपर भी बड़ी नज़र रखी है। पाकिस्तान की सिर्फ अनीला ऐसी खातून है जिहड़े कि पैरा एथलीट्स दे विच हिस्सा लेगी, कि पैरा एथलीट्स दे विच सिर्फ पाकिस्तान की एक खातून एथलीट्स हैगी ने। उस तो अलावा पाकिस्तान जोडू के मुकाबले लड़ेगा, स्क्वैश के मुकाबले लड़ेगा, बैडमिंटन के मुकाबले लड़ेगा, हॉकी के मुकाबले होएंगे, वेट लिफ्टिंग के मुकाबले होंगे, रैसलिंग के मुकाबले होंगे, पैरा एथलीट्स के मुकाबले होंगे, एथलीट्स के मुकाबले होंगे, जिदे विच पाकिस्तान जिहड़ा हैगा वह गोल्ड मैडल वास्ते जिहड़ा वह मैदान दे विच नसेगा। पाकिस्तान नूं हाले तक कॉमनवैल्थ गेम्स दे विच गोल्ड मैडल जिहड़ा हैगा वह नसीब जिहड़ा वह एड्डी जल्दी नहीं होना हैगा, क्योंकि पाकिस्तान नूं इहदे विच मुकाबला जिहड़ा हैगा वह बड़ा मजबूती नाल करना पैणा, जदके इंडिया की टीम जिहड़ी हैगी है वह लाजमन एक या दो गोल्ड मैडल लई मजबूत समझी जा रही है। तो अज तो गेम्स का आगाज़ हो रहा है, 8 अगस्त तक यह गेम्स जारी रहनी है। 280 मुकाबलों के विच वेखते हैं कि साडा खिता एशिया जिहड़ा हैगा वह किन्ने गोल्ड मैडल लैके आता है। तुसी ओलंपिक्स के बारे के कॉमनवैल्थ गेम्स के बारे के क्रिकेट हॉकी तो स्पोर्ट्स की किसी भी चीज़ के बारे इनफॉर्मेशन रखने लई वेखते रहो इंडोज़ टीवी ऑस्ट्रेलिया।